8 ਮਰਡਰਸ ਹੋਏ ਸੀ ਜੋ ਜੋ ਸਾਡੇ ਗਵਰਨਮੈਂਟ ਬਣਨ ਤੋਂ ਬਾਅਦ ਉਹਨਾਂ 7 ਅਸੀਂ ਨਹੀਂ ਬਾਕੀ ਪਹਿਲਾਂ ਤੋਂ ਵੈਰੀ ਦੈਟ ਫਿਗਰ ਗਗਨੇਜੇ ਦਾ ਤਾਂ ਪਤਾ ਇਹੀ ਲੱਗ ਗਿਆ ਨਾ ਪਤਾ ਉਹਨਾਂ ਦਾ ਵੀ ਆਰ ਫਾਊਂਡ ਦੀ ਪਰਸਨ ਹੂ ਹੈਜ਼ ਸ਼ੋਟ ਆਲ ਦੀ ਪੀਪਲ ਇਹ ਸਾਰੇ ਨਾਂ ਜੋ ਉੱਥੋਂ ਮੈਂ ਤੁਹਾਨੂੰ ਦਿੱਤੇ ਨੇ ਇਹ ਇਸ ਗੈਂਗ ਦੇ ਟਾਰਗੇਟ ਸੀ ਐਂਡ ਇਹਨਾਂ ਨੇ ਦਿਸ ਗੈਂਗ ਹੈਜ਼ ਅਚੀਵ ਦਿਸ ਉਹ ਜਿਹੜੇ ਅਸੀਂ ਹੁਣ ਉਹਨਾਂ ਨੂੰ ਫੜ ਲਿੱਤਾ ਹੈ ਦੇ ਆਲ ਓਪਰੇਟ ਟੂਗੈਦਰ ਐਂਡ ਦੇ ਆਰ ਅੰਡਰ ਦੀ ਡਾਇਰੈਕਸ਼ਨ ਆਫ ਦੀ ISI ਵਰਕ ਆਊਟ ਅ ਸਿਸਟਮ ਆਫ ਅਵਾਰਡਸ ਐਂਡ ਰਿਵਾਰਡਸ ਸੋ ਦੈਟ ਵੀ ਕੈਨ ਅਕਨੋਲੇਜ ਦੀ ਐਫਰਟ ਪੁੱਟ ਇਨ ਬਾਏ ਦਿਸ ਟੀਮ ਇਨ ਦਿਸ ਐਂਡ ਇਨ ਫਿਊਚਰ ਵੈਨ ਐਵਰ ਦਿਸ ਹੈਪਨਸ ਵੀ ਵਿਲ ਅਵਾਰਡ ਐਂਡ ਰਿਵਾਰਡ ਬੋਥ ਆਰ ਆਫਿਸਰਸ ਐਂਡ ਮੈਨ ਤੁਹਾਨੂੰ ਪਤਾ ਹੈ ਗਗਨੇਜਾ ਜੀ ਦਾ ਜਿਹੜਾ ਕੇਸ ਹੈ ਇਹ CBI ਨੂੰ ਅਸੀਂ ਦੇ ਚੁੱਕੇ ਸੀ ਪ੍ਰੀਵੀਅਸ ਗਵਰਨਮੈਂਟ ਨੇ ਸੋ ਰੇਅਲੀ ਇਟ ਇਜ਼ ਆਰ ਬ੍ਰੇਕ ਥਰੂ ਨਾਓ ਵਿਚ ਵੀ ਸ਼ੈਲ ਪਾਸ ਆਊਟ ਐਵਰੀਥਿੰਗ ਟੂ ਦੀ CBI ਵੀ ਹੈਵ ਡੀਟੇਲਡ ਇਨਫੋਰਮੇਸ਼ਨ ਔਨ ਦ ਫੋਰੈਂਸਿਕ ਐਂਡ ਬੈਲਿਸਟਿਕ ਐਵੀਡੈਂਸ ਵਿਚ ਪ੍ਰੂਵਸ ਦੈਟ ਦ ਸੇਮ ਗਨਸ ਵਾਰ ਯੂਜ ਸੇਮ ਵੈਪਨਸ ਵਾਰ ਯੂਜ ਫੋਰ ਵੇਰੀਅਸ ਕ੍ਰਾਈਮਸ ਸੋ ਲਿੰਕਿੰਗ ਇਟ ਯੂ ਆਸਕ ਹਾਊ ਦ ਗੈਂਗ ਇਜ਼ ਬੀਂਗ ਲਿੰਕਡ ਟੂ ਦਿਸ ਬਿਕੋਜ਼ ਵੀ ਪਿਕਡ ਅਪ ਦ ਸੇਮ ਵੈਪਨ ਵਿਦ ਵੇਅਰ ਦ ਬੈਲਿਸਟਿਕ ਐਂਡ ਫੋਰੈਂਸਿਕਸ ਮੈਚ ਸੋ ਫਾ 8 ਟੈਰਰ ਮੋਡਿਊਲ ਸੇ ਸਾਡੇ 7 ਮਹੀਨਿਆਂ ਦੇ ਵਿੱਚ 8 ਟੈਰਰ ਮੋਡਿਊਲਸ ਅਸੀਂ ਹੈਵ ਨਾਓ ਬੀਨ ਬਰੋਕਨ ਸੋ ਬਸਟਡ ਯੂ ਕੈਨ ਕਾਲ ਦਮ ਐਨੀਥਿੰਗ ਲਾਈਕ ਹੈਵ ਇਨ ਦ ਲਾਸਟ 7 ਮੰਥ ਜਿਹੜੇ ਸੀ 8 ਅਸੀਂ ਇਹਨੂੰ ਪੂਰੇ ਕੀਤੇ ਨੇ ਐਂਡ ਵਿਦ ਬਸਟਿੰਗ ਆਫ ਦਿਸ ਮੋਡਿਊਲ ਬਾਕੀ ਮੋਸਟ ਆਫ ਦੀ ਅਨਟ੍ਰੇਸ ਟਾਰਗੇਟਡ ਕਿਲਿੰਗਸ ਹੈਵ ਬੀਨ ਸੋਲਵਡ ਸੋ ਆਹ ਹੈ ਜਿਮੀ ਸਿੰਘ ਦੈਨ ਜਗਤਾਰ ਸਿੰਘ ਜੌਹਲ ਅਲਾਇਸ ਜੱਗੀ ਦੈਨ ਧਰਮਿੰਦਰ ਅਲਾਇਸ ਗੁਗਨੀ ਹੀ ਇਜ਼ ਅ ਗੈਂਗਸਟਰ ਹੂ ਇਜ਼ ਆਲਰੇਡੀ ਇਨ ਨਾਭਾ ਜੇ ਵੀ ਬਰੋਟ ਹਿਮ ਔਨ ਪ੍ਰੋਡਕਸ਼ਨ ਵਾਰੰਟ ਹੀ ਵਾਜ ਇਨਵੋਲਵਡ ਇਨ ਸਪਲਾਈਂਗ ਦੀ ਵੈਪਨਸ ਐਟ ਅ ਪਰਟੀਕੁਲਰ ਟਾਈਮ ਐਂਡ ਵਨ ਆਫ ਦ ਐਸਟੀਮੇਟਸ ਵੀ ਆਰ ਨੋਟ ਸ਼ੇਅਰਿੰਗ ਦ ਨੇਮ ਵਿਦ ਯੂ I will not discuss about the further investigation of this case. Be with us, trust us, give us some time more. Then as and when we get further things to share with you, we will definitely share. ਮੈਂ ਤੁਹਾਨੂੰ ਦੱਸਿਆ ਹੈ ਕਿ ਫੋਰੈਂਸਿਕ ਐਂਡ ਬੈਲਿਸਟਿਕ ਮੈਚ ਕਰਦੇ ਔਨ ਆਲ ਮਰਡਰਸ ਆਈ ਹੈਵ ਬੀਨ ਆਰ ਮੈਚਿੰਗ ਸ਼ੋਇੰਗ ਦੈਟ ਦੇ ਆਰ ਦ ਸੇਮ ਵੈਪਨਸ ਬੀਇੰਗ ਯੂਜ਼ਡ ਹਾਂਜੀ ਸੀਮ ਸਾਹਿਬ ਨੇ ਤੁਹਾਨੂੰ ਹੁਣ ਦੱਸਿਆ ਹੈ ਕਿ ਵੀ ਯੂ ਨੋ ISI ਬੇਸਡ ਆਪਣੇ ਬੰਦੇ ਬਾਹਰ ਬੈਠੇ ਹੈ ਠੀਕ ਹੈ ਗੁਆਂਢੀ ਦੇਸ਼ 'ਚ ਵੀ ਬੈਠੇ ਹੈ ਦੂਜੇ ਸ਼ਹਿਰਾਂ ਦੇਸ਼ਾਂ 'ਚ ਵੀ ਬੈਠੇ ਵੀ ਆਲ ਨੋ ਇੱਕ ਗੱਲ ਆਪਾਂ ਨੂੰ ਸਮਝਣੀ ਚਾਹੀਦੀ ਹੈ ISI ਇਜ਼ ਨੋਟ ਓਪਰੇਟਿਵ ਓਨਲੀ ਫਰੋਮ ਪਾਕਿਸਤਾਨ ਉਹਨਾਂ ਦੇ ਮੋਡਿਊਲਸ ਨੇ ਵਿਚ ਆਰ ਓਪਰੇਟਿੰਗ ਅਗੇਂਸਟ ਆਰ ਪੀਪਲ ਫਰੋਮ ਅਦਰ ਕੰਟਰੀਜ਼ ਆਲਸੋ ਸੋ ਦੈਟ ਆਈ ਥਿੰਕ ਵੀ ਸ਼ੁੱਡ ਅੰਡਰਸਟੈਂਡ ਦੈਟ ਪਾਕਿਸਤਾਨ ਇਜ਼ ਵਰਕਿੰਗ ਔਨ ਅ ਐਂਟੀ ਇੰਡੀਆ ਬੇਸਿਸ ਫਰੋਮ ਨੰਬਰ ਆਫ ਕੰਟਰੀਜ਼ ਹੋਰ ਤੁਹਾਡਾ ਖਿਆਲ ਅਸੀਂ ਦੇ ਰਹੇ ਹਾਂ I mean, what, obviously they are coming from sources. No, there are different sources. Jo sanu interrogation chanda reha hai. Sanu eh vi pata hai ki kai jagah jaisi, if you recall, asi recovery kiti si, from across the border vi aaya si ga. Sanu eh vi pata hai ki there are certain states jithe isi kada country made banaya janda hai, utho vi leke aande hai. You all know that. Social media da vi bahut... There is 9mm used, which is an ordinary it's an international weapon. There is 3.32, which is a common weapon, and then there's point which is the other one 0.30. So these are standard weapons being social media de chal raha hai ek dooje de khilaf bahut sampradayik da mahol kharab ho raha hai ohde bare tusi kita vi si aur kuch hoya nahi hai ajj tak ohde ki kar rahe ho ki order so social media pe jo ਸੋਸ਼ਲ ਮੀਡੀਆ ਪੇ ਪ੍ਰੋਵੋਕੇਟਿਵ ਸਟੇਟਮੈਂਟਸ ਅਸੀਂ ਤਾਂ ਦੇਖੋ ਵੀ ਆਰ ਨੋਟ ਡੂਇੰਗ ਐਨੀਥਿੰਗ ਵੀ ਆਰ ਨੋਟ ਅਲਾਉਂਗ ਵੀ ਆਰ ਵਾਂਟਿੰਗ ਦਿਸ ਥਿੰਗ ਟੂ ਕੂਲ ਡਾਊਨ ਲੇਕਿਨ ਕੁਛ ਲੋਕ ਨੇ ਅੱਜ ਵੀ
ਮੇਰੇ ਖਿਲਾਫ਼ ਕਿਸੇ ਨੇ ਉੱਥੋਂ ਯੂਬਾ ਸਿਟੀ ਤੋਂ ਕੱਢਤਾ, ਕਿਸੇ ਨੇ ਉੱਥੋਂ ਦੇਰ ਇਜ਼ ਸੰਬਡੀ ਹੂ ਬ੍ਰਿੰਗਸ ਇਟ ਆਊਟ ਫਰੋਮ ਸਮਵੇਅਰ ਐਲਸ, ਇਹ ਤਾਂ ਹੁਣ ਜਿਹੜੇ ਮੁੰਡਿਆਂ ਨੂੰ ਇਹ ਖਰਾਬ ਕਰਦੇ ਨੇ ਫਿਰ ਉਹ ਕੱਢਣਗੇ ਹੀ, ਹੋਰ ਕੀ ਦੱਸੋ ਜੀ ਸਰ? ਦਾ ਮੌੜ ਬਲਾਸਟ ਹੈ ਜੀ, ਦੈਟਸ ਅ ਡਿਫਰੈਂਟ ਕੇਸ, ਇਟ ਇਜ਼ ਅੰਡਰ ਇਨਵੈਸਟੀਗੇਸ਼ਨ, ਆਲਦੋ ਵੀ ਹੈਵ ਵੈਰੀ ਕ੍ਰੈਡੀਬਲ ਲੀਡ ਸੋ ਫਾਰ, ਵੀ ਹੈਵ ਨੋਟ ਯੈਟ ਬ੍ਰੇਕ ਥਰੂ, ਬਟ ਇਟ ਇਜ਼ ਨੋਟ ਲਿੰਕਡ ਅਪ ਵਿਦ ਦੀਸ ਕੇਸਿਸ, ਦੈਟਸ ਅ ਡਿਫਰੈਂਟ ਕੇਸ ਸਰ, ਦੈਟਸ ਅ ਡਿਫਰੈਂਟ, ਉਹ ਤੁਹਾਨੂੰ ਪਤਾ ਉਹ ਤਾਂ ਬੰਦੇ ਫੜੇ ਗਏ ਸੀ, ਚਲਾਨ ਵੀ ਹੋ ਗਿਆ, ਟ੍ਰਾਇਲ ਵੀ ਹੋ ਰਹੀ ਹੈ। We have just told you 7 out of 8 have been busted. 8 modules and sorry, 8 modules in the last 7 months have been busted. KG? They are already on production warrant with us. We have already produced them. This time, we were able to, you know, maintain that part. So ਸਾਡੇ ਕੋਲ ਆਲਰੇਡੀ ਰਿਮਾਂਡ 'ਤੇ ਹੈਗੇ, ਸੋ ਦੇ ਵਿਦ ਅਸ ਔਨ ਰਿਮਾਂਡ, ਐਂਡ ਦਾ ਫੋਰਥ ਵਨ ਸਰ, ਫੋਰਥ ਵਨ ਦੈਟ ਵੀ ਵਿਲ ਟੇਕ ਸਰ, ਇਹ ਇਸ ਵਿੱਚ ਉਹ ਥੋੜਾ ਬਤਾ ਦੇ, ਅੱਛਾ ਨਹੀਂ ਦੈਟਸ ਇਟ, ਦੈਟਸ ਅ ਡਿਫਰੈਂਟ ਕੇਸ, ਉਹਦੇ 'ਚ ਤਾਂ ਆਲਰੇਡੀ ਆਇਡੈਂਟੀਫਾਈਡ ਹੈ, ਦੈਟਸ ਅ ਗੈਂਗਸਟਰ ਸਰ, ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਨਾਲ ਵਿਅਕਤੀ ਵੱਲੋਂ ਕੀ ਅਜਿਹੇ ਵਿਅਕਤੀਆਂ ਖਿਲਾਫ਼ ਕਾਰਵਾਈ ਹੋਵੇਗੀ? Definitely, okay, we are getting legally examined and we'll take action also. What is this case? Something on social media. Social media, they are 2% over there. So, chalein. ਇਹ ਤਾਂ ਹੁਣ ਤੁਸੀਂ ਆਪ ਅਖਬਾਰਾਂ 'ਚ ਆ ਜਾਂਦੇ ਹੋ, ਮੈਨੂੰ ਪੁੱਛ ਲੈਂਦੇ ਹੋ, ਹਾਊ ਡੂ ਵੀ ਨੋ ਦੇਰ ਇਜ਼ ਟਰੂਥ ਔਰ ਨੋਟ ਟਰੂਥ, ਸਹੀ ਹੈ ਜਾਂ ਨਹੀਂ ਹੈ ਸਹੀ? ਕਰੇ ਵੀਰ ਦਵਿੰਦਰ, ਇਟਸ ਅ ਫਰੀ ਕੰਟਰੀ, ਜੋ ਮਰਜ਼ੀ ਕਰ ਲਓ। ਮੇਰਾ ਕੀ ਰੋਲ ਹੈ? ਦੈਟ ਇਜ਼ ਆਮ ਆਦਮੀ ਪਾਰਟੀ, ਉਹਨਾਂ ਨੂੰ ਪੁੱਛੋ, ਨਥਿੰਗ ਟੂ ਵਿਦ ਅਸ। ਤੁਸੀਂ ਮੇਜਰ ਇਸ਼ੂਜ਼ ਨੂੰ ਹੁਣ ਤੁਸੀਂ ਛੋਟੇ ਇਸ਼ੂਜ਼ 'ਤੇ ਆ ਗਏ, ਇਹ ਤਾਂ ਰੱਖੋ ਸਾਡਾ ਮੇਜਰ ਇਸ਼ੂ। ਸ਼ੁਰੂ ਕਰੀਏ ਜੀ, ਡੂ ਵੀ ਵੇਟ? ਅਸੀਂ ਲੇਟ ਤੁਹਾਨੂੰ ਦੱਸਿਆ, ਮੈਨੂੰ ਪਤਾ, ਪਰ ਇਹ ਇਸ਼ੂ ਇਹੋ ਜਿਹਾ ਸੀ ਜਿਹਦਾ ਤੁਹਾਡੇ ਨਾਲ ਗੱਲ ਕਰਨੀ ਸਾਨੂੰ ਅੱਜ ਅਸੀਂ ਜ਼ਰੂਰੀ ਸਮਝੀ। ਤੁਹਾਨੂੰ ਪਤਾ ਹੈ ਕਿ ਹਾਲ ਪੰਜਾਬ ਦੇ ਵਿੱਚ ਹਾਲਾਤ ਕੀ ਬਣਦੇ ਰਹੇ ਨੇ, ਪਿਛਲੇ ਸਾਲ ਤੋਂ ਕਈ ਸਾਡੇ ਵਾਕਿਆਤ ਹੋਏ ਨੇ ਇੱਥੇ, ਔਰ ਸਾਡੇ ਡੀ ਜੀ ਪੀ ਸੁਰੇਸ਼ ਅਰੋੜਾ ਜੀ, ਇਹਨਾਂ ਦੇ ਅਫਸਰ ਜਵਾਨ ਇਸ ਕੰਮ 'ਤੇ ਲੱਗੇ ਰਹੇ ਦੇਖਣ ਨੂੰ ਕਿ ਕੈਸੇ ਇਹਦਾ ਕੋਈ ਹੱਲ ਨਿਕਲੇ, ਔਰ ਅੱਜ ਮੈਨੂੰ ਖੁਸ਼ੀ ਹੁੰਦੀ ਹੈ ਦੱਸਦੇ ਕਿ ਦੇ ਹੈ ਮੇਜਰ ਮੇਡ ਬ੍ਰੇਕ ਥਰੂ ਇਨ ਦ ਕਿਲਿੰਗਸ ਆਫ, ਮੈਂ ਨਾਮ ਲੈ ਲੈਂਦਾ, ਅਮਿਤ ਅਰੋੜਾ, ਦੁਰਗਾ ਦਾਸ ਗੁਪਤਾ, ਬ੍ਰਿਗੇਡੀਅਰ ਜਗਦੀਸ਼ ਗਗਨੇਜਾ, ਫਾਇਰਿੰਗ ਸੀ, ਦੇ ਟੁੱਕ ਸਮ ਫਾਇਰਿੰਗ ਦੇ, ਉੱਥੇ ਫਾਇਰਿੰਗ ਹੋਈ ਸੀ ਪਰ ਪਤਾ ਲੱਗ ਗਿਆ ਕੌਣ ਸੀ ਇਨਵੋਲਵਡ ਇਨ ਇਟ। ਬ੍ਰਿਗੇਡੀਅਰ ਜਗਦੀਸ਼ ਗਗਨੇਜਾ, ਅਮਿਤ ਸ਼ਰਮਾ, ਸਤਪਾਲ ਕੁਮਾਰ ਐਂਡ ਸਨ ਰਮੇਸ਼ ਕੁਮਾਰ ਐਂਡ ਕ੍ਰਿਸਚੀਅਨ ਪਾਸਟਰ ਜਿਹੜੇ ਸੇ ਸੁਲਤਾਨ ਮਸੀਹ ਜੀ ਐਂਡ ਰਵਿੰਦਰ ਗੁਸਾਈ ਜੀ,
ਉਹਦੇ ਵਿੱਚ ਇਹ ਜਿਹੜੇ ਗੈਂਗ ਹੈ ਇਹਨਾਂ ਨੇ ਇਨਕ੍ਰਿਪਟਿਡ ਮੋਬਾਈਲ ਸੋਫਟਵੇਅਰ ਯੂਜ਼ ਕੀਤੀ ਹੋਈ ਸੀ ਉਬਲੀਕ ਐਪਸ ਜਿਹੜੇ ਸੀ ਫੋਰ ਕਮਿਊਨੀਕੇਸ਼ਨ ਵਿਦ ਹੈਂਡਲਰਸ ਇਨ ਮੇਨ ਹੈਂਡਲਰਸ ਇਹਨਾਂ ਦੇ ਆਈ ਐੱਸ ਆਈ ਨੇ ਐਂਡ ਇਹਨਾਂ ਦੇ ਹੋਰ ਮੁਲਕਾਂ ਦੇ ਵਿੱਚ ਵੀ ਕੋਈ ਸੈੱਲ ਸੀ ਵਿੱਚ ਦੀ ਪੁਲਿਸ ਮਿਸਟਰ ਅਰੋੜਾ ਹੈਜ਼ ਬੀਨ ਏਬਲ ਟੂ ਬ੍ਰੇਕ ਥਰੂ ਅਤੇ ਇਹ ਹੈਜ਼ ਬੀਨ ਦਿਸ ਕੰਸਪਿਰੇਸੀ ਐਜ਼ ਆਈ ਸੈਡ ਵੱਖ ਵੱਖ ਮੁਲਕਾਂ ਦੇ ਵਿੱਚ ਹੈਚ ਕੀਤੀ ਗਈ ਸੀ ਐਂਡ ਪਰਪਸ ਬਿਹਾਈਂਡ ਦ ਟਾਰਗੇਟਡ ਕਿਲਿੰਗ ਵਾਜ਼ ਟੂ ਕੋਜ਼ ਕਮਿਊਨਲ ਡਿਸਟਰਬੈਂਸਿਸ ਕੀ ਚੀਜ਼ ਕੰਸਪਿਰੇਸੀ ਬੇਸਿਕਲੀ ਹੈਲਡ ਬਾਈ ਦੀ ਆਈ ਐੱਸ ਆਈ ਬਟ ਇਨ ਵੇਰੀਅਸ ਨੇਸ਼ਨਸ and the purpose behind the targeted killing was to cause communal disturbances in further of ISI anti India game plan jada unna da hai indications we have pakka invitation indications of the active involvement of pak ISI operatives based in Pakistan and foreign service dekho sada objective hai shanti punjab badi aukhi ghadi de vich unangya hai or now peace and communal harmony is what we want as we development chahne we have to make a future for our new generations to is karke a badi major ek breakthrough hai and I hope the police will definitely be on top of the situation throughout lekin sanu main logan nu bhi appeal karna chahunda hai that we must remain very peaceful and calm and let the police get on with this job and in the meantime appa assi apne kaam ch lage rahiye karobar de vich businesses de vich kheti baadi jo bhi hai assi karni yes arrests have been made but we are not announcing the names now because interrogation is on we can I can announce you one person who is now under interrogation I cannot tell you but otherwise there is a person called Jimmy Singh ਇਹ ਯੂਕੇ ਤੋਂ ਆਇਆ ਕਈ ਸਾਲ ਉੱਥੇ ਰਿਹਾ ਪਹਿਲਾਂ ਜੰਮੂ ਦਾ ਰਹਿਣ ਵਾਲਾ ਸੀ ਅਤੇ ਇਹਨੂੰ ਇੰਟਰਨੈਸ਼ਨਲ ਪਾਲਮ ਏਅਰਪੋਰਟ ਤੋਂ ਕੁਛ ਹਫ਼ਤਾ ਪਹਿਲਾਂ ਅਸੀਂ ਉੱਥੋਂ ਅਰੈਸਟ ਕੀਤਾ ਸੀ ਸੈਕਿੰਡ ਜਗਤਾਰ ਸਿੰਘ ਜੌਹਲ ਅਲੀਅਸ ਜੱਗੀ ਜਲੰਧਰ ਤੋਂ ਇਹ ਵੀ ਯੂਕੇ ਨੈਸ਼ਨਲ ਤੀਸਰਾ ਧਰਮਿੰਦਰ alias Gugni, a resident of Mehrban, Ludhiana. He was a gangster lodged in Naba Jail de vich reha. He is also a conspirator in this movement. And one of the assailants, which we cannot name, is under interrogation. So basically, aa bande involved se, and we will continue following them up. Now I'll hand it over to DGP sahab to give you jehda tusi inna sawal hor karna chahunde ho. Now we have rounded up four so far, out of which three I have named you and one is under interrogation, so I can't name yet at the moment. Well, the ISI is always looking after any opportunity, whether it's Khalistani or anything. Anything to disturb peace in India is ISI's objective. So whether they are Khalistanis or just gangster type who have been involved, time will tell. Lekin certainly it is the background is ISI. Haan ji.